अगर आपने हमारे चैनल को सब्सक्राइब नहीं किया है तो इसे सब्सक्राइब कर लें। बठिंडा में भाजपा नेताओं द्वारा भूख हड़ताल। वे कहते हैं लोकसभा और राज्यसभा में प्रस्ताव में हस्तक्षेप नहीं करेगा। भाजपा के भाजपा अध्यक्ष ने कहा कि भाजपा कल्याण का मुख्य एजेंडा के साथ लोकसभा में स्वयं को प्रस्तुत करना चाहता था, लेकिन गैर दलीय हस्तक्षेप के कारण कांग्रेस पार्टी के अपने मुख्य एजेंडे लोकसभा और राज्यसभा में मौजूद नहीं थे। सारे हिंदुस्तान जिन्हें भी लोकसभा हल्के पैंदे ने ਉਹ ਸਾਰੇ ਲੋਕ ਸਭਾ ਹਲਕਿਆਂ ਦੇ ਹੈੱਡਕੁਆਟਰਸ ਜਿਹੜੇ ਹੈਗੇ ਨੇ ਉੱਥੇ ਭਾਰਤੀ ਜਨਤਾ ਪਾਰਟੀ ਵੱਲੋਂ ਇੱਕ ਦਿਨ ਦਾ ਉਪਵਾਸ ਰੱਖਿਆ ਗਿਆ। ਉਪਵਾਸ ਰੱਖਣ ਦਾ ਮੁੱਖ ਕਾਰਨ ਇਹ ਹੈ ਕਿ ਪਿਛਲੇ ਦਿਨ ਅਸੀਂ ਸਾਰਿਆਂ ਨੇ ਦੇਖਿਆ ਕਿ ਜਿਸ ਤਰੀਕੇ ਦੇ ਨਾਲ ਵਿਰੋਧੀ ਧਿਰਾਂ ਨੇ ਪਾਰਲੀਮੈਂਟ ਨੂੰ ਚੱਲਣ ਨਹੀਂ ਦਿੱਤਾ, ਨਾ ਰਾਜ ਸਭਾ ਚੱਲਣ ਦਿੱਤੀ, ਨਾ ਲੋਕ ਸਭਾ ਚੱਲਣ ਦਿੱਤੀ। ਇਹ ਲੋਕਤੰਤਰ ਦੀ ਹੱਤਿਆ, 125 ਕਰੋੜ ਦੇਸ਼ ਵਾਸੀਆਂ ਨਾਲ ਗੱਦਾਰੀ ਹੈ, ਕਿਉਂਕਿ ਲੋਕ ਸਭਾ ਔਰ ਰਾਜ ਸਭਾ ਇੱਕ ਐਸਾ ਖੇਤਰ ਹੈ ਜਿੱਥੇ ਤੁਸੀਂ ਦੇਸ਼ ਹਿੱਤ ਦੇ ਦੇਸ਼ ਦੇ ਵਿੱਚ ਆਉਣ ਵਾਲੀਆਂ ਸਮੱਸਿਆਵਾਂ, ਇਸ ਵੇਲੇ ਦੀਆਂ ਸਮੱਸਿਆਵਾਂ ਔਰ ਹੋਰ ਕੋਈ ਵੀ ਇਸ਼ੂ ਜਿਹੜੇ ਹੈਗੇ ਨੇ ਉੱਥੇ ਡਿਸਕਸ ਹੁੰਦੇ ਨੇ ਔਰ ਉਹਦੇ 'ਚ ਉਹਦਾ ਸਮਾਧਾਨ ਹੁੰਦਾ। ਔਰ ਭਾਰਤੀ ਜਨਤਾ ਪਾਰਟੀ ਹਰ ਇਸ਼ੂ 'ਤੇ ਡਿਸਕਸ਼ਨ ਨੂੰ ਤਿਆਰ ਸੀਗੀ, ਇਹਦੇ ਬਾਵਜੂਦ ਓਪੋਜੀਸ਼ਨ ਨੇ ਸੰਸਦ ਨੂੰ ਚੱਲਣ ਨਹੀਂ ਦਿੱਤਾ। ਕੈਮਰਾਮੈਨ ਖਾਨ ਕੇ ਸਾਥ ਅਨਿਲ ਕੁਮਾਰ ਕੀ ਰਿਪੋਰਟ। अगर आपने हमारे चैनल को सब्सक्राइब नहीं किया है तो इसे सब्सक्राइब कर लें।